प्यारे विद्यार्थियों, आज अभ्यास 3.4 हल करांगे, जिस विच सवाल दिते गए हन। सवाल नंबर एक हेठा लिखियां दे सांझे गुणनखंड पता करो। इस तो पिछले अभ्यासां विच आपां गुणनखंड की हुंदे हन, गुणज की हुंदे हन, पाज अपाज, जिस तौर तां संख्यावां बारे जानकारी हासिल कर चुके हां। सवाल नंबर एक इहदा ए की दिता गया है 20 अते 28, दो संख्यावां दित्तियां गईयां हन 20 अते 28। इन्हां दे आपां सांझे अंक पता करने, सांझे गुणनखंड पता करने हन। हुण 20 दे गुणनखंड की हन, 1, 2, 3 उपर नहीं हुंदा, 4, 5 तो बाद 10 और 20। इसमें तुसी रफ काम विच भी करके देख सकते हो, जिस तरह तुहानू मैं पहला समझा चुका हाँ कि 1 × 20, फिर 2 × 10, 4 × 5, इस तरह तुसी इसनू कर सकते हो कि इस गुणनखंड पता कर सकते हो। और 28 दे 1, 2, 4, 7, 14 और 28। हुण इन्हां विच सांझे गुणनखंड केड़े केड़े हन, एक था 1 है 2 है 4 है, ये 3 सांझे गुणनखंड हन। सवाल बी, जिस विच दिता गया है 15 अते 25, 15 दे गुणनखंड हन 1, 3, 5 और 15, 25 दे गुणनखंड हन 1, 5 और 25, तां इस दे सांझे गुणनखंड इन्हां दोनों दे की होणगे, 1 है और 5, इस दे सांझे गुणनखंड होणगे। सवाल तीसरा है जो इस दा सी पाग, उस विच दिता गया है 35 अते 50, 35 दे गुणनखंड हन 1, 5, 7 और 50, फिर उस तो बाद 50 दे 7, उस तो बाद 35, इस तो बाद आपां 50 दे गुणनखंड पता करने हन। तां 50 दे गुणनखंड 1, 2, 5, 10, 25 और 50, इन्हां दे सांझे गुणनखंड की होणगे, दोनों पासे 1 है 1, उस तो बाद 5 है, बस 1 अते 5, ये 2 सांझे गुणनखंड हन। उस तो अगे डी सवाल, इसका डी विच 2 संख्या दित्तियां गईयां हन 56 अते 120, 56 दे गुणनखंड हन 1, 2, 4, 7, 8, 14, 28 और 56, इस तो अगे 120 दे गुणनखंड हन 1, 2, 3, 4, 5, 6, 8, 10, 12, 15, 20, 24, 30, 40, 60 और 120। ਤੁਸੀਂ ਇਸ ਨੂੰ ਅਲੱਗ ਤੋਂ ਵੀ ਕਰਕੇ ਦੇਖ ਸਕਦੇ ਹੋ, ਰਫ ਕੰਮ ਵਿੱਚ ਕਰਕੇ ਦੇਖ ਸਕਦੇ ਹੋ, ਜਾਂ ਫਿਰ ਜਦੋਂ ਤੁਸੀਂ ਇਹਨਾਂ ਸਵਾਲਾਂ ਦੀ ਪ੍ਰੈਕਟਿਸ ਕਰਦੇ ਤੁਹਾਡੀ ਆਪਣੇ ਆਪ ਪ੍ਰੈਕਟਿਸ ਹੋ ਜਾਏਗੀ ਕਿ ਇਸ ਦਾ ਗੁਣਖੰਡ ਕਿਹੜਾ ਹੈ, ਯਾਨੀ ਕਿ 120 ਨੂੰ ਆਪਾਂ ਕਿਸ ਦੇ ਉੱਪਰ ਵੰਡ ਸਕਦੇ ਹਾਂ, 120 ਜਿਸ ਉੱਪਰ ਵੰਡਿਆ ਜਾਂਦਾ ਹੈ ਉਹ ਇਸ ਦੇ ਗੁਣਖੰਡ ਹੋਣਗੇ। ਹੁਣ ਇਹਨਾਂ ਦੇ ਸਾਂਝੇ ਗੁਣਖੰਡ ਦੋਵਾਂ ਦੇ 56 ਅਤੇ 120 ਦੇ ਸਾਂਝੇ ਗੁਣਖੰਡ ਕਿਹੜੇ ਕਿਹੜੇ ਹਨ, 1 ਹੈ 2 ਹੈ 4 ਹੈ, ਉਸ ਤੋਂ ਬਾਅਦ 8 ਹੈ, ਹੋਰ ਕੋਈ ਇਹਨਾਂ ਦੇ ਵਿੱਚ ਸਾਂਝਾ ਗੁਣਖੰਡ ਨਹੀਂ ਹੈ। 1, 2, 4, 8 ਇਹ ਇਸ ਦੇ ਸਾਂਝੇ ਗੁਣਖੰਡ ਹਨ।
ਸਵਾਲ ਨੰਬਰ 2 ਹੇਠਾਂ ਲਿਖਿਆਂ ਦੇ ਸਾਂਝੇ ਗੁਣਖੰਡ ਪਤਾ ਕਰੋ ਇਹ ਸਵਾਲ ਹੈ ਜਿਸ ਵਿੱਚ 4 8 ਔਰ 12 ਸਾਂਝੇ ਗੁਣਖੰਡ ਜਿਵੇਂ ਕਿ ਆਪਾਂ ਪਹਿਲੇ ਸਵਾਲ ਵਿੱਚ ਕੀਤੇ ਹਨ 4 ਦੇ ਗੁਣਖੰਡ ਕੀ ਹਨ 1 2 4 8 ਦੇ ਕੀ ਹਨ 1 2 4 8 ਔਰ 12 ਦੇ ਕੀ ਹਨ 1 2 3 4 6 ਔਰ 12 ਇਸ ਤਰ੍ਹਾਂ ਇਸਦੇ ਸਾਂਝੇ ਗੁਣਖੰਡ ਜੋ ਤਿੰਨਾਂ ਦੇ ਵਿੱਚ ਆ ਰਿਹਾ 1 ਹੈ 2 ਹੈ ਔਰ 4 ਹੈ ਇਹ ਇਸਦੇ ਸਾਂਝੇ ਗੁਣਖੰਡ ਹਨ 2 ਦਾ ਸਵਾਲ ਬੀ ਬੀ ਸਵਾਲ ਦੇ ਵਿੱਚ ਦਿੱਤਾ ਗਿਆ ਹੈ 5 15 ਅਤੇ 25 5 15 ਅਤੇ 25 ਇਸਦੇ 5 ਦੇ ਗੁਣਖੰਡ ਹਨ 1 ਅਤੇ 5 15 ਦੇ ਹਨ 1 3 5 ਔਰ 15 25 ਦੇ ਹਨ 1 5 ਔਰ 25 ਤਾਂ ਸਾਂਝੇ ਗੁਣਖੰਡ ਇਹਨਾਂ ਤਿੰਨਾਂ ਦੇ ਕੀ ਹੋਣਗੇ 1 ਹੈ ਔਰ 5 ਹੈ ਕਿਉਂਕਿ ਇਹ ਦੋਨੇ ਗੁਣਖੰਡ ਤਿੰਨਾਂ ਦੇ ਵਿੱਚ ਹਨ ਇਸ ਕਰਕੇ ਤਿੰਨਾਂ ਦਾ ਸਾਂਝਾ ਗੁਣਖੰਡ 1 ਅਤੇ 5 ਹੋਵੇਗਾ ਸਵਾਲ ਨੰਬਰ 3 ਹੇਠਾਂ ਲਿਖਿਆਂ ਵਿੱਚੋਂ ਪਹਿਲੇ 3 ਸਾਂਝੇ ਗੁਣਜ ਪਤਾ ਕਰੋ ਇਹ ਸਵਾਲ ਕੀ ਹੈ 6 ਅਤੇ 8 ਪਹਿਲਾਂ ਗੁਣਖੰਡ ਆਪਾਂ ਪਤਾ ਕਰਨਾ ਸੀ ਹੁਣ ਇਹਨਾਂ 'ਚ ਗੁਣਜ ਪਤਾ ਕਰਨਾ 6 ਦੇ ਗੁਣਜ ਕਿ ਪਹਿਲੇ 3 ਉਹਨਾਂ ਨੇ ਲਿਖਿਆ ਹੈ ਤਾਂ 6 ਦੇ ਗੁਣਜ ਲਿਖਾਂਗੇ 6 12 18 24 30 36 42 48 54 60 ਔਰ 8 ਤੇ ਲਿਖਾਂਗੇ 8 16 24 32 40 48 56 64 72 80 ਹੁਣ ਇਹਨਾਂ ਵਿੱਚ ਆਪਾਂ ਸਾਂਝੇ ਦੇਖਦੇ ਹਾਂ ਸਾਂਝੇ ਪਹਿਲੇ 3 ਲਿਖਣੇ ਹਨ ਤਾਂ ਸਾਂਝਾ ਇਹਨਾਂ ਦੇ ਵਿੱਚ ਕੀ ਆ ਰਿਹਾ ਹੈ 24 ਆ ਰਿਹਾ ਹੈ ਤਾਂ 24 ਲਿਖਤਾ 24 ਤੋਂ ਬਾਅਦ ਕੀ ਹੈ 30 36 48 ਆ ਰਿਹਾ ਹੈ 48 ਲਿਖਤਾ ਇਸ ਤੋਂ ਬਾਅਦ ਅੱਗੇ 54 ਨਹੀਂ ਆ ਰਿਹਾ 60 ਨਹੀਂ ਆ ਰਿਹਾ ਤਾਂ ਆਪਾਂ ਨੂੰ ਇਸ ਤੋਂ ਅੱਗੇ ਲਿਖਣਾ ਪਏਗਾ 60 ਉਸ ਤੋਂ ਅੱਗੇ 66 66 ਤੋਂ ਅੱਗੇ 72 ਔਰ 78 72 ਇਸ ਵਿੱਚ ਵੀ ਹੈ ਇਸ ਵਿੱਚ ਵੀ ਹੈ ਔਰ ਇਹਦਾ 72 24 48 ਅਤੇ 72 ਇਹ 3 6 ਅਤੇ 8 ਦੇ ਪਹਿਲੇ 3 ਸਾਂਝੇ ਗੁਣਜ ਹਨ ਇਸਦਾ ਤੀਸਰੇ ਦਾ ਬੀ ਸਵਾਲ 12 ਅਤੇ 18 ਦੇ ਪਹਿਲੇ 3 ਸਾਂਝੇ ਗੁਣਜ ਲਿਖਣੇ ਹਨ ਤਾਂ 12 ਦੇ ਪਹਿਲੇ ਗੁਣਜ 12 24 36 48 60 72 84 96 108 ਔਰ 120 ਇਸ ਤਰ੍ਹਾਂ ਹੀ 18 ਦੇ 18 36 54 72 90 108 126 ਤਾਂ ਇਸ ਵਿੱਚ ਆਪਾਂ ਸਾਂਝੇ ਗੁਣਜ ਦੇਖਦੇ ਹਾਂ ਪਹਿਲੇ 3 ਸਾਂਝੇ ਗੁਣਜ ਪਤਾ ਕਰਨੇ ਹਨ ਤਾਂ 12 24 36 ਔਰ 36 ਹੈ ਉਸ ਤੋਂ ਅੱਗੇ 48 ਨਹੀਂ ਹੈ 60 ਨਹੀਂ ਹੈ 72 ਔਰ 72 72 ਔਰ 84 ਨਹੀਂ ਹੈ 96 ਨਹੀਂ ਹੈ 108 ਔਰ 108 ਇਸ ਤਰ੍ਹਾਂ ਇਹ ਇਸਦੇ ਪਹਿਲੇ 3 ਸਾਂਝੇ ਗੁਣਜ ਹਨ ਤੁਹਾਨੂੰ ਇਹਨਾਂ ਸਵਾਲਾਂ ਦੇ ਵਿੱਚ ਗੁਣਜ ਪਤਾ ਕਰਨ ਲੱਗਿਆ ਪਹਾੜਿਆਂ ਦੀ ਬਹੁਤ ਜ਼ਰੂਰਤ ਪੈਂਦੀ ਇਸ ਕਰਕੇ ਤੁਹਾਨੂੰ ਹਰ ਵਿਦਿਆਰਥੀ ਨੂੰ 20 ਤੱਕ ਪਹਾੜੇ ਘੱਟੋ ਘੱਟ ਯਾਦ ਹੋਣੇ ਚਾਹੀਦੇ ਹਨ ਤਾਂ ਕਿ ਗੁਣਜ ਔਰ ਗੁਣਖੰਡ ਵਾਲੇ ਸਵਾਲ ਆਸਾਨੀ ਨਾਲ ਕੀਤੇ ਜਾ ਸਕਣ ਸਵਾਲ ਨੰਬਰ 4 ਜਿਸ ਵਿੱਚ
100 ਤੋਂ ਛੋਟੀਆਂ ਅਜਿਹੀਆਂ ਸਾਰੀਆਂ ਸੰਖਿਆਵਾਂ ਲਿਖੋ ਜੋ 3 ਅਤੇ 4 ਦੇ ਸਾਂਝੇ ਗੁਣਜ ਹੋਣ। 3 ਅਤੇ 4 ਦੇ ਸਾਂਝੇ ਗੁਣਜ ਯਾਨੀ ਕਿ 3 ਗੁਣਾ 4 12 ਦੇ ਗੁਣਜ ਹਨ। 100 ਤੋਂ ਛੋਟੇ ਅਤੇ 3 ਅਤੇ 4 ਦੇ ਸਾਂਝੇ ਗੁਣਜ ਆਪਾਂ ਨੂੰ ਪਤਾ ਕਰਨੇ ਹਨ। ਜੇਕਰ 3 ਅਤੇ 4 ਦੇ ਜੋ ਗੁਣਜ ਹਨ ਉਹ ਕਿ 12 ਦੇ ਜੋ ਭਾਗ ਹੁੰਦੇ ਹਨ ਜਾਂ 12 ਦੇ ਗੁਣਜ ਹੋਣਗੇ, 3 ਅਤੇ 4 ਦੋਨਾਂ ਦੇ ਸਾਂਝੇ ਤਾਂ ਹੀ ਹੋ ਸਕਦੇ ਹਨ। ਜੇਕਰ 3 ਨਾਲ ਵੀ ਹੈ ਔਰ 4 ਨਾਲ ਵੀ ਹੈ ਤਾਂ ਆਪਾਂ ਇਹਦਾ ਕੀ ਕਰਾਂਗੇ, 3 ਗੁਣਾ 4 ਕੀ ਹੁੰਦਾ 12, ਤਾਂ ਆਪਾਂ ਨੂੰ 12 ਦੇ ਗੁਣਜ ਲਿਖਣੇ ਹਨ ਜਿਹੜੇ 100 ਤੋਂ ਛੋਟੇ ਹੋਣਗੇ। ਤਾਂ 12 ਦੇ ਗੁਣਜ ਕੀ ਹੁੰਦੇ ਨੇ, 12 24 36 48 60 72 84 ਔਰ 96। ਕਿਉਂਕਿ ਜੇਕਰ ਇਹਨਾਂ ਦੋਨਾਂ ਦੇ ਆਪਾਂ ਗੁਣਾ ਕਰਕੇ ਇਹਨਾਂ ਦੋਨਾਂ ਦੇ ਸਾਂਝੇ ਗੁਣਜ ਵੇਖਦੇ ਹਾਂ, ਸਾਂਝਾ ਇਹਨਾਂ ਦਾ ਗੁਣ ਤਾਂ 12 ਬਣਦਾ ਹੈ, ਗੁਣਾ ਕੀਤਿਆਂ ਤਾਂ 12 ਦੇ ਜਿੰਨੇ ਵੀ ਗੁਣਜ ਹੋਣਗੇ ਸਾਰੇ 3 ਅਤੇ 4 ਉੱਪਰ ਭਾਗ ਹੁੰਦੇ ਹਨਗੇ। 3 ਦਾ ਵੀ ਗੁਣਜ ਹੋਵੇਗਾ, 4 ਦਾ ਵੀ ਗੁਣਜ ਹੋਵੇਗਾ, ਸਾਂਝੇ ਗੁਣਜ ਹਨ ਇਹਨਾਂ ਦੇ। ਇਸ ਤਰ੍ਹਾਂ ਦੇ ਹੋਰ ਵੀ ਅੱਗੇ ਸਵਾਲ ਆਉਣਗੇ ਜੋ ਲਘੁੱਤਮ ਸਮਾਪਵਰਤਕ ਔਰ ਮਹੱਤਮ ਸਮਾਪਵਰਤਕ ਦੇ, ਉਹਨਾਂ ਦੇ ਵਿੱਚ ਇਹ ਚੀਜ਼ ਪਤਾ ਕੀਤੀ ਜਾਂਦੀ ਹੈ, ਉਹ ਅੱਗੇ ਆਉਣ ਵਾਲੇ ਅਭਿਆਸਾਂ ਦੇ ਵਿੱਚ ਸਮਝਾਵਾਂਗਾ ਕਿ ਕਿਸ ਤਰ੍ਹਾਂ ਕਰਨੇ ਹਨ। ਸਵਾਲ ਨੰਬਰ 5, ਹੇਠਾਂ ਲਿਖਿਆਂ ਵਿੱਚੋਂ ਕਿਹੜੀਆਂ ਸੰਖਿਆਵਾਂ ਸਹਿ ਅਪਾਜ ਹਨ, ਏ ਦਾ 18 ਅਤੇ 35। ਸਹਿ ਅਪਾਜ ਸੰਖਿਆਵਾਂ ਕਿਹੜੀਆਂ ਹੁੰਦੀਆਂ ਹਨ ਜਿਨ੍ਹਾਂ ਦਾ ਸਾਂਝਾ ਗੁਣਖੰਡ 1 ਹੋਵੇ, ਜਿਨ੍ਹਾਂ ਦਾ ਸਾਂਝਾ ਗੁਣਖੰਡ 1 ਹੋਵੇ ਤਾਂ ਉਹ ਕੀ ਸਹਿ ਅਪਾਜ ਹੁੰਦੀਆਂ ਹਨ। ਜਿਵੇਂ ਕਿ 18 ਦੇ ਆਪਾਂ ਪਹਿਲਾਂ ਗੁਣਖੰਡ ਪਤਾ ਕਰਦੇ ਹਾਂ, 1, 2, 3, 6, 9 ਔਰ 18। ਇਸ ਤਰ੍ਹਾਂ 35 ਦੇ 1, 5, 7 ਔਰ 35, ਤਾਂ ਇਹਨਾਂ ਦੇ ਵਿੱਚ ਸਾਂਝਾ ਗੁਣਖੰਡ ਕੀ ਹੈ, ਸਿਰਫ 1 ਹੈ। ਸਾਂਝਾ ਗੁਣਖੰਡ ਆਪਾਂ ਦੇਖ ਲੈਂਦੇ ਸਿਰਫ 1-1 ਤੋਂ ਬਿਨਾਂ ਹੋਰ ਕੋਈ ਨਹੀਂ। ਜਿਨ੍ਹਾਂ ਦੇ ਵਿੱਚ 1 ਸਾਂਝਾ ਗੁਣਖੰਡ ਹੋਵੇ ਉਹ ਕੀ ਸਹਿ ਅਪਾਜ ਹੁੰਦੇ ਹਨ, ਉਹ ਸੰਖਿਆਵਾਂ ਸਹਿ ਅਪਾਜ ਹੁੰਦੇ ਹਨ। ਇਸ ਤਰ੍ਹਾਂ ਇਸ ਤੋਂ ਅਗਲਾ ਸਵਾਲ ਜੋ ਹੈ 20 ਸਵਾਲ ਇਸ ਦਾ, 15 ਅਤੇ 37। 15 ਦੇ ਗੁਣਖੰਡ ਕਿੰਨਾ, 1, 3, 5 ਔਰ 15। 37 ਦੇ ਕੀ ਹਨ, 1 ਅਤੇ 37। ਸਾਂਝਾ ਗੁਣਖੰਡ 1 ਹੈ ਇਹਨਾਂ ਵਿੱਚ ਤਾਂ ਇਹ ਸਹਿ ਅਪਾਜ ਹਨ। ਇਸ ਤੋਂ ਅਗਲਾ 30 ਅਤੇ 415, 5 ਦਾ ਸੀ ਸਵਾਲ ਜੋ ਦਿੱਤਾ ਗਿਆ ਹੈ 30 ਅਤੇ 415। 30 ਦੇ ਗੁਣਖੰਡ 1, 2, 3, 5, 6, 10, 15 ਔਰ 30। ਔਰ 415 ਦੇ ਇੱਕ, 5, 83 ਔਰ 415, ਇਸ 'ਤੇ ਆਪਾਂ ਦੱਸ ਸਕਦੇ ਹਾਂ ਕਿ ਇਹਦੇ ਸਾਂਝੇ ਗੁਣਖੰਡ 1 ਅਤੇ 5 ਹਨ ਤਾਂ ਇਹ ਸਹਿ ਅਪਾਜ ਨਹੀਂ ਹਨ। ਅਗਲਾ ਸਵਾਲ ਡੀ, 17 ਅਤੇ 68, ਇਸ ਤਰ੍ਹਾਂ ਕਿ ਸੰਖਿਆਵਾਂ ਦੇਖਦਿਆਂ ਸਾਰੀ ਆਪਾਂ ਨੂੰ ਪਤਾ ਲੱਗਦਾ ਹੈ 17 ਅਤੇ 68, ਤਾਂ 17 ਦੇ ਗੁਣਖੰਡ ਹਨ 1 ਅਤੇ 17, 68 ਦੇ ਹਨ 1
चार, सतारह और अठाठ। उस तो बिना और भी हैं पर वो इन्हां दे विच सांझा नहीं है, इस करके मैं इस विच नहीं लिखे। दो भी है और चौंती भी है, पर आपां इस दे विच सांझे गुणखंड देखते हाँ तो एक अते सतारह है, इस करके एक से अपाज नहीं हैं। उस तो अगे ई, ई दे विच 216 अते 215 दिता गया है। 216 दे गुणखंड लिखने हैं अते फिर 215 दे लिखने हैं। 216 दे 1, 2, 3, 4, 6, 8, 9, 24, 27, 56, 54, 72, 108 और 216 एक ही थे सांझे गुणखंड। उस तो बाद अगे 215 दे पता कर, 215 दे 1 है, 5 है, 43 है और 215 है। इन्हां विच सांझा की है, सिर्फ 1 है, तो यह सह अपाज हैं। ये संख्यावां ये जोड़े सह अपाज हैं। सवाल नंबर 5 दा भाग एफ जिस विच दिता गया है 81 अते 16। 81 दे गुणखंड हैं 1, 3, 9, 27 और 81। 16 दे हैं 1, 2, 4, 8 और 16। इन्हां दे विच सांझा की है 1, इस करके ये सह अपाज हैं। इस तरह ने तुसें होर भी कई जोड़े दिते हो सकते हैं, तुहानू उन्हां दे विच पता कर सकदे हो कि किहड़े संख्यावां सह अपाज हैं और किहड़ियां नहीं हैं। सवाल नंबर 6 एक संख्या 5 अते 12 दोवां नाल भाग हुंदी है, किहड़ी दूसरी संख्या नाल इह संख्या हमेशा भाग होवेगी, क्योंकि एक संख्या जो 5 अते 12 नाल भाग हुंदी है वह संख्या ਕਿਹੜੀ ਹੋਏਗੀ 5 ਗੁਣਾ 12 ਦੋਨਾਂ ਦੇ ਗੁਣਾ ਕਰਕੇ ਆਪਾਂ ਪਤਾ ਕਰ ਸਕਦੇ ਹਾਂ 60। ਤਾਂ ਇਸ ਤਾਂ ਇਹ ਜੋ ਸੰਖਿਆ 60 ਹੋਏਗੀ, ਇਹ 60 ਸੰਖਿਆ 5 ਅਤੇ 12 ਨਾਲ ਹਮੇਸ਼ਾ ਭਾਗ ਹੋਵੇਗੀ। ਅੱਗੇ ਸਵਾਲ ਨੰਬਰ 7 7 ਨੰਬਰ ਸਵਾਲ ਦੇ ਵਿੱਚ ਲਿਖਿਆ ਗਿਆ ਇੱਕ ਸੰਖਿਆ 12 ਨਾਲ ਭਾਗ ਹੁੰਦੀ ਹੈ, ਹੋਰ ਕਿਹੜੀਆਂ ਸੰਖਿਆਵਾਂ ਹਨ ਜਿਨ੍ਹਾਂ ਨਾਲ ਇਹ ਸੰਖਿਆ ਭਾਗ ਹੋਵੇਗੀ। ਇੱਕ ਸੰਖਿਆ 12 ਨਾਲ ਭਾਗ ਹੁੰਦੀ ਹੈ ਤਾਂ ਉਹ 12 ਦੇ ਜਿੰਨੇ ਵੀ ਗੁਣਜ ਹੋਣਗੇ, ਗੁਣਖੰਡ ਹੋਣਗੇ, ਉਹਨਾਂ ਦੇ ਨਾਲ ਭਾਗ ਹੋਵੇਗੀ। ਤਾਂ 12 ਦੇ ਗੁਣਖੰਡ ਕੀ ਬਣਨਗੇ 1, 2, 3, 4, 6, 12। ਇਸ ਨੂੰ ਤੁਸੀਂ ਕਰਕੇ ਦੇਖ ਸਕਦੇ ਹੋ, ਮੰਨ ਲਓ ਕਿ ਹੁਣ ਸੰਖਿਆ ਜਿਹੜੀ ਹੈ 12 ਨਾਲ ਭਾਗ ਹੁੰਦੀ, ਮੰਨ ਲਓ ਆਪਾਂ ਸੰਖਿਆ 24 ਮੰਨ ਲੈਂਦੇ ਹਾਂ, 24 12 ਨਾਲ ਭਾਗ ਹੁੰਦੀ ਹੈ, 1 ਨਾਲ ਵੀ ਹੋਏਗੀ, 2 ਨਾਲ ਵੀ, 3, 4, 6, 12 ਸਾਰਿਆਂ ਦੇ ਨਾਲ ਭਾਗ ਹੁੰਦੀ ਹੈ। ਇਸ ਤਰ੍ਹਾਂ ਤੁਸੀਂ ਕੋਈ ਹੋਰ ਸੰਖਿਆ ਲੈ ਕੇ ਵੀ, ਜਿਵੇਂ ਕਿ ਆਪਾਂ ਕੋਈ ਹੋਰ ਸੰਖਿਆ ਲੈਂਦੇ ਹਾਂ ਜੋ 12 ਨਾਲ ਭਾਗ ਹੁੰਦੀ ਹੈ, ਜਿਸ ਤਰ੍ਹਾਂ 36 ਹੈ, ਤਾਂ 36 ਨੂੰ ਆਪਾਂ 1 ਨਾਲ ਭਾਗ ਕਰ ਸਕਦੇ, 2 ਨਾਲ ਵੀ ਹੁੰਦੀ, 3 ਨਾਲ, 4, 6, 12 ਸਾਰਿਆਂ ਨਾਲ ਆਪਾਂ ਚੈੱਕ ਕਰ ਸਕਦੇ ਹਾਂ, ਸੰਖਿਆ ਸਾਰਿਆਂ ਨਾਲ ਭਾਗ ਹੁੰਦੀਆਂ ਹਨ। ਇਸ ਤਰ੍ਹਾਂ ਦੇ ਕੋਈ ਹੋਰ ਸਵਾਲ ਵੀ ਹੋ ਸਕਦੇ ਹਨ ਜਿਨ੍ਹਾਂ ਵਿੱਚ ਇਹ ਪੁੱਛਿਆ ਜਾਂਦਾ ਹੈ ਕਿ ਜੇਕਰ ਲਿਖਿਆ ਹੋਵੇ ਕਿ ਦੋਨਾਂ ਦੇ ਨਾਲ ਦੋ ਦੇ ਨਾਲ ਸਾਂਝੀ ਭਾਗ ਹੁੰਦੀ ਹੋਵੇ ਜਾਂ ਸਾਂਝੇ ਉਸਦੇ ਗੁਣਖੰਡ ਹੋਣ, ਤਾਂ ਆਪਾਂ ਦੋਨਾਂ ਦੀ ਗੁਣਾ ਕਰਕੇ ਪਤਾ ਕਰ ਸਕਦੇ ਹਾਂ, ਜਿਵੇਂ ਕਿ ਆਪਾਂ ਸਵਾਲ ਨੰਬਰ 6 'ਚ ਕੀਤਾ ਸੀ। ਔਰ 7 ਦੇ ਵਿੱਚ ਜੇਕਰ ਪਤਾ ਕਰਨਾ ਹੋਵੇ ਕਿ ਉਹ ਕਿਹੜੀ ਸੰਖਿਆ ਹੈ ਜੋ ਇਸ ਦੇ ਨਾਲ ਸਾਰੇ ਗੁਣਖੰਡਾਂ ਨਾਲ ਭਾਗ ਹੁੰਦੀ ਹੈ, ਤਾਂ ਆਪਾਂ ਗੁਣਖੰਡ ਪਤਾ ਕਰਕੇ ਦੱਸ ਸਕਦੇ ਹਾਂ ਕਿ ਕਿਹੜੀ ਉਹ ਸੰਖਿਆ ਹੋ ਸਕਦੀ ਹੈ ਜਾਂ ਹੋਰ ਕਿਹੜੀਆਂ ਸੰਖਿਆਵਾਂ ਹੋ ਸਕਦੀਆਂ ਹਨ ਜਿਨ੍ਹਾਂ ਨਾਲ ਇਹ ਭਾਗ ਹੁੰਦੀ ਹੋਵੇ। ਇਹਨਾਂ ਸਵਾਲਾਂ ਦੇ ਵਿੱਚ ਕੋਈ ਵੀ ਹੋਰ ਡਾਊਟ ਹੋਵੇ, ਕਿਸੇ ਤਰ੍ਹਾਂ ਦੀ ਕੋਈ ਸਮਝ ਨਾ ਲੱਗੀ ਹੋਵੇ, ਤਾਂ ਕਮੈਂਟ ਬਾਕਸ ਵਿੱਚ ਲਿਖ ਸਕਦੇ ਹੋ, ਮੈਂ ਉਹ ਸਵਾਲ ਦੁਬਾਰਾ ਸਮਝਾਵਾਂਗਾ। ਧੰਨਵਾਦ।